ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਲੋਂ ਰਾਣਾ ਗੁਰਜੀਤ ਸਿੰਘ ਦਾ ਵਿਭਾਗ ਬਦਲਣ ਦੀ ਮੰਗ ਕੀਤੀ ਹੈ ਵਿਧਾਇਕ ਅਚੇਸ ਖੂਲਕਾ ਨੇ ਦੋਸ਼ ਲਾਇਆ ਕਿ ਬਿਜਲੀ ਮੰਤਰੀ ਰਾਣਾ ਸ਼ੁਗਰ ਲਿਮਟਿਡ ਦੇ ਸਹਿ ਸੰਸਥਾਪਕ ਹਨ ਜੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਬਿਜਲੀ ਵੇਚ ਰਹੀ ਹੈ ਇਹ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ ਉਹਨਾਂ ਕਿਹਾ ਕਿ ਬਿਜਲੀ ਮੰਤਰੀ ਹੋਣ ਦੇ ਨਾਤੇ ਰਾਣਾ ਪਾਵਰ ਕਾਮ ਨੂੰ ਕੰਟਰੋਲ ਕਰ ਰਹੇ ਹਨ ਅਤੇ ਉਹੀ ਉਹਨਾਂ ਦੀ ਕੰਪਨੀ ਤੋਂ ਬਿਜਲੀ ਕਰ ਰਹੀ ਹੈ ਹੁਲਕਾ ਨੇ ਕਿਹਾ ਹੈ ਕਿ ਰਾਣਾ 슈ਗਰ ਲਿਮਟਿਡ 34 ਮੈਗਾਵਾਟ ਬਿਜਲੀ ਨਿਰਮਾਣ ਕਰਦੀ ਹੈ ਜਿਸ ਵਿੱਚੋਂ 20 ਮੈਗਾਵਾਟ ਵਾਧੂ ਬਿਜਲੀ ਪਾਵਰ ਕਾਮ ਨੂੰ ਵੇਚੀ ਜਾਂਦੀ ਹੈ ਅਤੇ ਰਾਣਾ ਤੇ ਅਤੇ ਉਹਨਾਂ ਦੀ ਪਤਨੀ ਇਸ ਫਰਮ ਵਿੱਚ ਵੱਡੇ ਸ਼ੇਅਰ ਹੋਲਡਰ ਹਨ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਕੇਸ ਨੂੰ ਵੇਖਿਆ ਰਾਣਾ ਦਾ ਵਿਭਾਗ ਬਦਲਿਆ ਜਾਵੇ